ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨੌਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਰ, ਜਦੋਂ ਅਸੀਂ ਅੱਜ ਇਸ ਵਕਤ ਗੱਲ ਕਰ ਰਹੇ ਹਾਂ ਤਾਂ ਕੈਨੇਡਾ ਦੇ ਵਿੱਚ ਸਾਡੇ ਨੌਰਥ ਦੇ ਵਿੱਚ ਇਸ ਵਕਤ ਚੋਣਾਂ ਦਾ ਮਾਹੌਲ ਜਿਹੜਾ ਹੈ ਉਹ ਭਖਿਆ ਹੋਇਆ। 21 ਅਕਤੂਬਰ ਨੂੰ ਜਿਹੜੀਆਂ ਕੈਨੇਡਾ ਦੀ 43ਵੀਂ ਪਾਰਲੀਮੈਂਟ ਦੇ ਲਈ ਜਿਹੜੀਆਂ ਫੈਡਰਲ ਚੋਣਾਂ ਨੇ ਉਹ ਹੋਣ ਜਾ ਰਹੀਆਂ ਨੇ, ਉਹਦੇ ਵਿੱਚ ਲਿਬਰਲਸ ਹੋਣ, ਕੰਜ਼ਰਵੇਟਿਵਸ ਹੋਣ, ਨਿਊ ਡੈਮੋਕ੍ਰੈਟਿਕ NDP ਪਾਰਟੀ ਹੋਵੇ ਮੁੱਖ ਤੌਰ 'ਤੇ, ਅਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਆਪਣੀ ਜਿਹੜੀ ਕਿਸਮਤ ਹੈ ਉਹ ਅਜ਼ਮਾ ਰਹੀਆਂ ਨੇ। ਸੋ ਹਾਲਾਤ ਕੀ ਬਣੇ ਹੋਏ ਹੈਗੇ ਆ ਕੈਨੇਡਾ ਦੇ ਵਿੱਚ, ਜਿਹੜੇ ਇਸ਼ੂਜ਼ ਇਸ ਵਕਤ ਮੇਨਲੀ ਡਿਬੇਟ ਦਾ ਹਿੱਸਾ ਨੇ ਉਹ ਕੀ ਨੇ, ਉਹ ਭਾਵੇਂ ਰੀਸੈਂਟਲੀ ਜਦੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਕੈਨੇਡਾ ਦੇ ਹੁਣ ਜਸਟਿਨ ਟਰੂਡੋ ਹੈਗੇ ਆ ਪ੍ਰਧਾਨ ਮੰਤਰੀ, ਉਹਨਾਂ ਦਾ ਇੱਕ ਜਿਹੜੀ ਪਿਕਚਰ ਹੈ 2001 ਦੀ ਉਹ ਵਾਇਰਲ ਹੋਈ ਹੈ, ਉਹ ਕਿਵੇਂ ਪ੍ਰਭਾਵਿਤ ਕਰ ਰਹੀ ਹੈ, ਅਤੇ ਓਵਰਆਲ ਜਿਹੜੇ ਕੈਨੇਡਾ ਦੇ ਲੋਕਲ ਇਸ਼ੂਜ਼ ਹੈਗੇ ਨੇ ਉਹ ਭਾਵੇਂ ਬਿੱਲ C21 ਦਾ ਇਸ਼ੂ ਹੋਵੇ ਜਾਂ ਫੋਰਨ ਇੰਟਰਫੀਰੈਂਸ ਦਾ ਮਾਮਲਾ ਹੋਵੇ ਕੈਨੇਡਾ ਦੀ ਪੋਲੀਟਿਕਸ ਦੇ ਵਿੱਚ, ਇੰਟਰਨਲ ਅਫੇਅਰਸ ਦੇ ਵਿੱਚ, ਇਸ ਸਾਰੇ ਇਸ਼ੂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕੈਨੇਡਾ ਦੀ ਜਿਹੜੀ ਲੋਕਲ ਪੋਲੀਟਿਕਸ ਹੈ ਉਹ ਇਸ ਵਕਤ ਉਹਦੇ ਵਿੱਚ ਕੀ ਰੁਝਾਨ ਦੇਖਣ ਨੂੰ ਮਿਲ ਰਿਹਾ। ਸੋ ਇਸ ਸਾਰੀ ਗੱਲਬਾਤ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਫੋਨ ਲਾਈਨ 'ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਅਮਰਵੀਰ ਸਿੰਘ ਜੀ, ਤੁਹਾਡਾ ਵੀ ਅਤੇ ਜਿੰਨੇ ਵੀ TV84 ਦਰਸ਼ਕ ਦੂਰ ਦੇ ਸਾਡੇ ਇੱਥੇ ਕੈਨੇਡਾ, USA ਜਾਂ ਜਿੱਥੇ ਵੀ ਦੇਖ ਰਹੇ ਨੇ ਉਹਨਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਦੇਵ ਸਿੰਘ ਜੀ, ਸ਼ੁਰੂਆਤ ਕਰੂੰਗਾ, ਓਵਰਆਲ ਟ੍ਰੈਂਡ ਕੀ ਦੇਖਣ ਨੂੰ ਮਿਲ ਰਿਹਾ, ਜਿਵੇਂ ਅਸੀਂ ਜਗਮੀਤ ਸਿੰਘ ਦਾ ਦੇਖਦੇ ਹਾਂ, ਇੱਕ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਇਹ ਨਜ਼ਰ ਹੁੰਦੀ ਹੈ ਜਾਂ ਦੇਖ ਹਰ ਇੱਕ ਸਿੱਖ ਦਾ ਇੰਟਰਸਟ ਹੁੰਦਾ ਕਿ ਕਿਵੇਂ ਚੱਲ ਰਿਹਾ ਜਾਂ ਕੀ ਰੁਝਾਨ ਦੇਖਣ ਨੂੰ ਮਿਲ ਰਿਹਾ, ਕਿਤੇ ਨਾ ਕਿਤੇ ਇੱਕ ਉਮੀਦ ਦੀ ਕਿਰਨ ਵੀ ਸੀ ਜਦੋਂ ਜਗਮੀਤ ਸਿੰਘ NDP ਦੇ ਪ੍ਰਧਾਨ ਚੁਣੇ ਗਏ ਆ, ਬਟ ਓਵਰਆਲ ਸਿਨੈਰੀਓ ਇਸ ਵਕਤ ਕੀ ਦੇਖਣ ਨੂੰ ਮਿਲ ਰਿਹਾ, ਲਿਬਰਲਸ ਦਾ ਕੀ ਹੈਗਾ, ਕੰਜ਼ਰਵੇਟਿਵਸ ਦਾ ਕਿੱਥੇ ਸਟੈਂਡ ਨਜ਼ਰ ਆਉਂਦਾ, ਅਤੇ ਕੀ ਲੱਗਦਾ ਕਿ NDP ਕੁਝ ਜਿਹੜਾ ਉਹਨਾਂ ਦਾ ਮਾਰਜਨ ਹੈ ਆਲਰੇਡੀ, ਕੀ ਉਹਦੇ ਤੋਂ ਆਪਣਾ ਮਾਰਜਨ ਵਧਾ ਸਕਣਗੇ? ਜੀ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ NDP ਆ, ਚਲੋ ਬਾਕੀ ਇਸ ਸਮੇਂ ਲਿਬਰਲ ਦੀ ਜਿਹੜੀ ਸਰਕਾਰ ਸੀ ਤੇ ਹੁਣ ਲਿਬਰਲ ਤੇ PC ਪਾਰਟੀ ਦੋਨੋਂ ਨੈਕ ਐਂਡ ਨੈਕ ਨੇ, ਥੋੜਾ ਜਿਹਾ ਇਹਨਾਂ ਦਾ ਗ੍ਰਾਫ ਅਪ ਗਿਆ PC ਪਾਰਟੀ ਦਾ, ਇਹ 37% ਨੇ ਜਿਹੜੀ ਹੁਣ ਤੱਕ ਦੀ ਪੋਲ ਆ, ਤੇ ਲਿਬਰਲ ਵਾਲੇ ਉਹ 35% ਨੇ ਦੂਜੇ ਨੰਬਰ ਤੇ, 12% ਤੇ ਨੇ NDP ਵਾਲੇ, 7% ਤੇ ਗ੍ਰੀਨ ਪਾਰਟੀ ਆ ਜਿਹੜੀ ਚੌਥੇ ਨੰਬਰ ਤੇ NDP ਵਿੱਚ ਦੇ ਆ, ਬਲੋਕ ਜਿਹੜੇ ਕਿ ਕਿਊਬਕ ਦੇ ਨੇ ਨੈਸ਼ਨਲ ਐਵਰੇਜ ਇਹਨਾਂ ਦੀ 4% ਆ, ਕਿਊਬਕ ਵਿੱਚੋਂ 19% ਦਿੱਤੇ ਨੇ। PPC ਪਾਰਟੀ ਜਿਹੜੀ ਕਿ ਉਸ ਇਸ ਸਮੇਂ ਮੈਕਸਿਮ ਬਰਨੀਅਨ ਨੇ, ਉਹ ਇਸ ਸਮੇਂ ਜਦੋਂ PC ਪਾਰਟੀ ਦੇ ਆਗੂ ਦੀ ਚੋਣ ਹੋਣੀ ਸੀ ਨੋਮੀਨੇਸ਼ਨ, ਉਹ ਵੀ ਮੈਦਾਨ ਵਿੱਚ ਸਨ, ਉਹਨਾਂ ਨੇ ਆਪਣੀ ਦੂਜੀ ਪਾਰਟੀ ਬਣਾਈ। ਸੋ ਇਸ ਪ੍ਰਕਾਰ ਜਿਹੜੇ ਉਹ ਸਿਰਫ 2% ਤੇ ਨੇ। ਸਰਕਾਰ ਕਿਹਦੀ ਬਣਦੀ ਆ ਇਹ ਤਾਂ ਹਜੇ ਕੋਈ ਇੰਨਾ ਕਹਿਣਾ ਕਹਿਣਾ ਬੜਾ ਮੁਸ਼ਕਲ ਆ। 338 ਮੈਂਬਰ ਪਾਰਲੀਮੈਂਟ ਨੇ ਟੋਟਲ ਕੈਨੇਡਾ ਦੇ, ਜਿਸ ਪਾਰਟੀ ਦੇ ਕੋਲ 170 ਮੈਂਬਰ ਪਾਰਲੀਮੈਂਟ ਹੋਣਗੇ ਉਹਦੀ ਬਹੁਮਤ ਵਾਲੀ ਸਰਕਾਰ ਬਣ ਸਕਦੀ ਹੈ। ਜੇਕਰ 170 ਤੋਂ ਘੱਟਦੇ ਨੇ, ਜੇ ਮੰਨ ਲਓ ਲਿਬਰਲ ਦੀ ਸਰਕਾਰ ਬਣਦੀ ਆ, ਤਾਂ ਫਿਰ ਇਹਨਾਂ ਦੇ
70 ਤੋਂ ਘੱਟ ਨੇ ਤੇ ਜਾਂ ਫਿਰ ਪੀਸੀ ਪਾਰਟੀ ਦੇ ਬਣਦੇ ਨੇ। ਉਹ ਐਨ ਡੀ ਪੀ ਵਾਲੇ ਸਰਦਾਰ ਜਗਮੀਤ ਸਿੰਘ ਨੇ ਕਿਹਾ ਸੀ ਕਿ ਉਹ ਪੀਸੀ ਪਾਰਟੀ ਨੂੰ ਸਾਥ ਨਹੀਂ ਦੇਣਗੇ। ਸੋ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਹੁਣ ਤੱਕ ਦੇ ਕਹਿ ਲਓ ਵੀ ਰੁਝਾਨ ਨੇ, ਹੋ ਸਕਦਾ ਵੀ ਕੋਈ ਨਾ ਕੋਈ ਜਿਹੜੀ ਮਨੋਰਟੀ ਸਰਕਾਰ ਬਣੇ, ਪਰ ਅੱਜ 30 ਦਿਨ ਤੋਂ ਉੱਪਰ ਸਮਾਂ ਪਿਆ, 31 ਦਿਨ ਪਏ ਨੇ ਆਪਾਂ ਕਹਿ ਸਕਦੇ ਹਾਂ ਜੀ, ਵੀ ਗੱਲ ਕਿੱਧਰ ਨੂੰ ਜਾਣੀ ਆ। ਜਿਹੜੇ ਸੋ ਫਾਰ ਜਿਹੜਾ ਕੱਲ 8 ਵਜੇ ਤੱਕ ਸਾਰੀ ਇਲੈਕਸ਼ਨ ਕੈਂਪੇਨ ਬੜੇ ਚਲੋ ਅਸਰਦਾਇਕ ਢੰਗ ਦੇ ਨਾਲ ਚੱਲ ਰਿਹਾ ਸੀ ਸਾਰਾ ਕੁਛ, ਪਰ ਜਿਹੜੀ ਆਪਾਂ ਬਾਅਦ 'ਚ ਮੁੱਦਿਆਂ ਬਾਰੇ ਵੀ ਗੱਲਬਾਤ ਕਰਦੇ ਹਾਂ ਕਿ ਜਦੋਂ ਵੀ 8 ਵਜੇ ਇੱਕ ਨਿਊਜ਼ ਬ੍ਰੇਕ ਹੁੰਦੀ ਆ ਕਿ ਬਲੈਕ ਫੇਸ ਦੀ ਇੱਕ ਜਿਹੜੀ ਪਿਕਚਰ ਮਿਸਟਰ ਟਰੂਡੋ ਦੀ, ਜਦੋਂ ਇਹ ਵੈਨਕੂਵਰ ਵਿੱਚ ਸਨ ਇੱਕ ਪ੍ਰਾਈਵੇਟ ਹਾਈ ਸਕੂਲ ਦੀ ਆ, ਉੱਥੇ ਚਿਹਰੇ 'ਤੇ ਬਲੈਕ ਜਾਂ ਕਾਸਟੂਮ ਪਾਇਆ ਹੋਇਆ, ਬਲੈਕ ਬਰਾਊਨ, ਫਿਰ ਇੱਕ ਹੋਰ ਵੀਡੀਓ ਆਉਂਦੀ ਆ ਅੱਜ ਕੱਲ੍ਹ ਸਵੇਰ ਤੱਕ, ਉਹਦੇ ਨਾਲ ਇੱਕ ਬਹੁਤ ਵੱਡਾ ਕੱਲ੍ਹ ਦੀ ਸਭ ਤੋਂ ਵੱਡੀ ਜਿਹੜੀ ਨਿਊਜ਼ ਅੱਜ ਸਵੇਰ ਤੱਕ ਇਹ ਆ ਰਹੀ ਹੈ ਕਿ ਟੂਡੋ ਸਾਹਿਬ ਨੂੰ ਇਸ ਗੱਲ 'ਤੇ ਅਪੋਲੋਜਾਈਜ਼ ਵੀ ਕਰਨਾ ਪਿਆ, ਰਾਤ ਵੀ ਕੀਤਾ। ਅੱਜ ਫਿਰ 1:30 ਵਜੇ ਵਿਨੀਪੈਗ ਜਿੱਥੇ ਚੋਣ ਪ੍ਰਚਾਰ ਕਰ ਰਹੇ ਸੀ ਉੱਥੋਂ ਇਹਨਾਂ ਨੇ ਬਹੁਤ ਡੀਪਲੀ ਅਪੋਲੋਜਾਈਜ਼ ਕੀਤਾ ਕਿ ਮੈਂ ਬਹੁਤ ਸ਼ਰਮਿੰਦਾ ਹਾਂ, ਮੈਨੂੰ ਬੜੀ ਅੰਬੈਰਸਮੈਂਟ ਹੋਈ ਆ, ਜਿਸ ਤਰ੍ਹਾਂ ਦਾ ਲੋਕ ਮੈਨੂੰ ਸਮਝਦੇ ਸੀ ਮੈਂ ਉਸ ਤਰੀਕੇ ਦਾ ਨਹੀਂ ਕਰ ਸਕਿਆ। ਪਰ ਇਹ ਇੱਕ ਪਾਸੇ ਇੱਕ ਨੈਗੇਟਿਵ ਵੀ ਹੈ, ਦੂਜੇ ਪਾਸੇ ਇੱਕ ਪੋਜ਼ਿਟਿਵ ਹੈ, ਘੱਟੋ ਘੱਟ ਉਸ ਗੱਲ ਨੂੰ ਅਪੋਲੋਜਾਈਜ਼ ਕਰਕੇ, ਕਿਉਂਕਿ ਬਲੈਕ ਹਿਸਟਰੀ ਦੇ ਨਾਲ ਇਹਦਾ ਬੜਾ ਸੰਬੰਧ ਹੈ ਇਸ ਇਸ਼ੂ ਦਾ। ਕਈ ਲੋਕੀ ਇਸ ਨੂੰ ਬੜਾ ਲਾਈਟਲੀ ਲੈ ਰਹੇ ਨੇ, ਕਈ ਬੜਾ ਇਸ ਨੂੰ ਸੀਰੀਅਸ ਲੈ ਰਹੇ ਨੇ, ਜਿਹੜੇ ਸਟੋਰੀ ਨੇ ਜਾਂ ਫਿਰ ਜਿਹੜੇ ਲੋਕਾਂ ਨੂੰ ਪਤਾ ਕਿ ਇਹਦਾ ਕਾਰਨ ਕੀ ਹੈ, ਕਿਉਂਕਿ ਜਦੋਂ ਅਸੀਂ 1830-40 ਦੀ ਗੱਲ ਕਰਦੇ ਹਾਂ ਬਲੈਕ ਸਲੇਵਰੀ, ਉਸ ਤੋਂ ਬਾਅਦ ਉਹਨਾਂ ਦਾ ਕਿਸ ਤਰ੍ਹਾਂ ਮਜ਼ਾਕ ਉਸ ਫਿਲਮਾਂ ਦੇ ਵਿੱਚ, ਜਿਹੜੇ ਗੋਰੇ ਜਾਂ ਐਕਟਰ ਜਾਂ ਐਕਟਰਸ ਸਨ ਉਹ ਆਪਣਾ ਕਾਲਾ ਫੇਸ ਕਰਕੇ, ਇਸ ਨੂੰ ਇੱਕ ਨਸਲਵਾਦ ਦੇ ਤੌਰ 'ਤੇ ਦੇਖਿਆ ਜਾਂਦਾ ਜੇਕਰ ਤੁਸੀਂ ਇਸ ਤਰ੍ਹਾਂ ਬਲੈਕ ਫੇਸ ਕਰਦੇ। ਟੂਡੋ ਨੇ ਕਿਹਾ ਕਿ ਮੈਨੂੰ ਉਦੋਂ ਨਹੀਂ ਪਤਾ ਸੀ ਕਿ ਇਹ ਜਿਹੜਾ ਇੰਨਾ ਘਾਤਕ ਆ, ਮੈਨੂੰ ਉਦੋਂ ਪਤਾ ਲੱਗਾ ਜਦੋਂ 2008 ਦੇ ਵਿੱਚ ਮੈਂਬਰ ਪਾਰਲੀਮੈਂਟ ਬਣਦੇ ਨੇ ਮੌਂਟਰੀਅਲ ਤੋਂ। ਅਤੇ ਇੱਕ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਵੀ ਆ ਕਿ ਲੋਕੀ ਜਦੋਂ ਟੂਡੋ ਸਾਹਿਬ ਨੂੰ ਜਾਂ ਲਿਬਰਲ ਨੂੰ ਬਈ ਇਹ ਘੱਟ ਗਿਣਤੀਆਂ ਲਈ ਡਾਇਵਰਸਿਟੀ ਦੀ ਗੱਲ ਕਰਦੇ ਆ ਤੇ ਕੈਬਨਿਟ ਦੇ ਵਿੱਚ 50% ਔਰਤਾਂ ਨੇ, 50% ਮਰਦ ਨੇ, ਇਹਨਾਂ ਦੇ ਕੈਬਨਿਟ ਦੇ ਵਿੱਚ ਹਰ ਘੱਟ ਗਿਣਤੀ, ਖਾਸ ਕਰਕੇ ਸਿੱਖਾਂ ਦੀ ਗੱਲ ਕਰੀਏ ਬੜਾ ਮਾਣਤਾਲ ਮਿਲਿਆ, ਬਾਕੀ ਭਾਈਚਾਰਿਆਂ ਨੂੰ ਵੀ ਬੜਾ ਮਾਣਤਾਲ ਮਿਲਦਾ। ਸੋ ਇੱਕ ਲਿਬਰਲ ਓਪਨ ਮਾਈਂਡਡ ਲੋਕਾਂ ਦੇ ਹੱਕਾਂ ਲਈ ਕਰਨ ਵਾਲਾ ਉਹਨਾਂ ਇਹ ਵੀ ਕਿਹਾ ਕਿ ਬਈ ਜਿਹੜਾ ਬਈ ਜਿਹੜੇ ਲੋਕ ਮੇਰਾ ਸਾਥ ਦਿੰਦੇ ਜਾਂ ਮੈਂ ਲੋਕਾਂ ਦੇ ਹੱਕਾਂ ਨੇ ਖੜਦਾ ਬਈ ਉਹ ਵੀ ਮੇਰੇ ਤੋਂ ਮੇਰੀ ਇਸ ਗੱਲ ਤੋਂ ਸ਼ਰਮਿੰਦਾ ਹੋਣਗੇ। ਸੋ ਇੱਦਾਂ ਦੀ ਗੱਲਬਾਤ ਅੱਜ ਸਾਰਾ ਦਿਨ ਹੀ ਚੱਲਦੀ ਰਹੀ, ਹੋਰ ਵੀ ਉਹਦੀਆਂ ਕੋਈ ਜਿਹੜੀ ਇਹੋ ਜਿਹੀਆਂ ਪਿਕਚਰਾਂ ਆ ਸਕਦੀਆਂ ਨੇ, ਇਹਦੇ ਨਾਲ ਇੱਕ ਨਵਾਂ ਮੋੜ ਪਵੇਗਾ। ਬਾਅਦ ਵਿੱਚ ਰਿਪੋਰਟਰ ਵੱਲੋਂ ਟੂਡੋ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਤੁਸੀਂ ਰਿਜ਼ਾਈਨ ਕਰੋਗੇ, ਜੇ ਨਹੀਂ ਕਰਦੇ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਕਰੋਗੇ। ਉਹਨਾਂ ਕਿਹਾ ਕਿ ਹੁਣ 21 ਅਕਤੂਬਰ ਦੀ ਇਲੈਕਸ਼ਨ ਆ ਔਰ ਲੋਕ ਇਸ ਵਾਸਤੇ ਡਿਸਾਈਡ ਕਰਨਗੇ ਵੀ ਕਿਹਨੂੰ ਚੁਣਨਾ ਜਾਂ ਕਿਹਨੂੰ ਨਹੀਂ ਚੁਣਨਾ। ਦੂਜਾ ਸਵਾਲ ਇਹ ਹੁੰਦਾ ਕਿ ਜੇਕਰ ਤੁਹਾਡਾ ਤੁਹਾਡੀ ਪਾਰਟੀ ਦਾ ਕੋਈ ਉਮੀਦਵਾਰ ਇਹੋ ਜਿਹੀ ਉਹਦੀ ਫੋਟੋ ਆ ਜਾਂਦੀ ਤਾਂ ਟੂਡੋ ਸਾਹਿਬ ਨੇ ਰਾਈਟ ਤੇ ਉਹਨੂੰ ਕੱਢ ਦੇਣਾ ਸੀ, ਕਿਉਂਕਿ ਇਹਨਾਂ ਵੱਲੋਂ ਕਾਫੀ ਨੁਕਤਾਚੀਨੀ ਪੀਸੀ ਪਾਰਟੀ ਦੀ ਵੀ ਹੁੰਦੀ ਸੀ, ਜਿਹੜੇ ਕੈਂਡੂ ਸ਼ੇਰ ਨੇ ਉਹਨਾਂ ਵੱਲੋਂ ਵੀ ਕੁਛ ਜਿਹੜੀਆਂ ਇਹੋ ਜਿਹੀਆਂ ਉਹਨਾਂ ਦੀ ਵੀਡੀਓ ਸਨ ਜਿਹੜੀਆਂ ਇੱਕ ਵੱਖਰੇ ਇਸ਼ੂ ਦੇ ਸਨ ਕਿ ਜਿਹੜਾ ਸੇਮ ਸੈਕਸ ਵਾਲਾ ਇਸ਼ੂ ਆ
ਉਹਦੇ 'ਤੇ ਜਾ ਕੇ ਜਾਂ ਫਿਰ ਉਹਨਾਂ ਨੇ ਕਿਹਾ ਵੀ ਇਹ 2001 ਵਿੱਚ ਵੀ ਰੇਸਿਸਟ ਸੀ ਤੇ ਹੁਣ ਵੀ ਰੇਸਿਸਟ ਹੈ, ਵੀ ਸੂਟ ਤੁਸੀਂ ਕੀ ਨਹੀਂ ਕਰ ਸਕਦੇ, ਪੀਸੀ ਪਾਰਟੀ ਦੇ ਆਗੂ ਐਂਡੂ ਸ਼ੇਰ ਨੇ ਵੀ ਕਿਹਾ। ਦੂਜੇ ਪਾਸੇ ਜਗਮੀਤ ਸਿੰਘ ਉਹਨਾਂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ, ਉਹਨਾਂ ਕਿਹਾ ਕਿ ਮੇਰੇ ਨਾਲ ਇਹੋ ਜਿਹੀਆਂ ਘਟਨਾਵਾਂ ਰੇਸਿਜ਼ਮ ਦੀਆਂ ਵਾਪਰੀਆਂ ਨੇ, ਮੈਨੂੰ ਪਤਾ ਹੈ, ਜਾਂ ਫਿਰ ਜਿਹੜੇ ਭਾਈਚਾਰੇ ਨਾਲ ਜਾਂ ਫਿਰ ਘੱਟ ਗਿਆ ਜਿਹਦੇ ਨਾਲ ਵਾਪਰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ। ਸੋ ਇਹ ਜਿਹੜਾ ਮੁੱਦਾ ਹੈ ਕੱਲ ਦਾ ਕਾਫੀ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ, ਕਾਫੀ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ ਸਾਰੇ, ਬਹੁਤ ਵੱਡੇ ਲੈਵਲ ਤੇ ਇਹ ਮੁੱਦਾ ਪ੍ਰਭਾਵਿਤ ਕਰ ਰਿਹਾ। ਤੇ ਕਈ ਵਾਰੀ ਜਿਹੜੇ ਲੋਕ ਨੇ ਜਿਹੜੇ ਬਈ ਉਹ ਇਸ ਨੂੰ ਲਾਈਟ ਵੀ ਲੈ ਰਹੇ ਨੇ, ਜਿਵੇਂ ਕੁਛ ਆਪਣੇ ਭਾਈਚਾਰੇ ਨੇ ਸਮਝਦ ਨੇ ਉਹ ਵੀ ਲਾਈਟ ਲੈਂਦੇ। ਦੂਜੇ ਪਾਸੇ ਜਿਹੜੇ ਲਿਬਰਲ ਮਾਈਂਡਡ ਨੇ ਆਫਕੋਰਸ ਉਹਨਾਂ ਨੇ ਲਿਬਰਲ ਦੀ ਗੱਲ ਕਰਨੀ, ਐਨ ਡੀ ਪੀ ਵਾਲੇ ਨੇ ਐਨ ਡੀ ਪੀ ਦੀ ਗੱਲ ਕਰਨੀ ਹੈ, ਪਰ ਇਸ ਨੂੰ ਜਿਹੜੇ ਪੀ ਸੀ ਪਾਰਟੀ ਵਾਲੇ ਉਹ ਆਪਣੇ ਢੰਗ ਲੈਂਦੇ, ਪਰ ਇਸ ਨੂੰ ਜੇ ਉੱਧਰ ਉਸ ਪਾਸੇ ਵੱਲ ਨਾ ਵੀ ਜਾਇਆ ਜਾਵੇ ਫਿਰ ਵੀ ਇਹ ਕੈਨੇਡੀਅਨ ਵੈਲਿਊ ਦੇ ਹਿਸਾਬ ਨਾਲ ਵੀ ਠੀਕ ਨਹੀਂ। ਹਾਂਜੀ ਜੀ ਬਿਲਕੁਲ। ਤੇ ਇਹਦੇ ਵਿੱਚ ਜੇ ਇਸ ਦੇ ਹੁਣ ਨਤੀਜੇ ਕੀ ਨਿਕਲਣਗੇ ਜਾਂ ਪ੍ਰਭਾਵ ਕਿੰਨਾ ਕੁ ਪੈਂਦਾ ਚੋਣਾਂ ਤੇ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਹੋਰ ਇਸ਼ੂ ਦੀ ਗੱਲ ਜ਼ਰੂਰ ਕਰੀਏ। ਜਿਹੜਾ ਕਿਊਬੈਕ ਦੇ ਵਿੱਚ ਜੂਨ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਸੀ ਬਿੱਲ B21, ਤੇ ਉਸ ਦੇ ਵਿੱਚ ਜਿਹੜਾ ਰਿਲੀਜੀਅਸ ਸਿੰਬਲਸ ਦੇ ਉੱਤੇ ਆਰਟੀਕਲਸ ਆਫ ਫੇਥ ਦੇ ਉੱਤੇ ਬੈਨ ਲਾਉਣ ਦੀ ਗੱਲ ਕੀਤੀ ਗਈ ਸੀ, ਇਹ ਵੀ ਇੱਕ ਇੰਪੋਰਟੈਂਟ ਇਸ਼ੂ ਹੈਗਾ ਕੈਨੇਡਾ ਦੀ ਪੋਲੀਟਿਕਸ ਦੇ ਵਿੱਚ ਫੈਡਰਲ ਲੈਵਲ ਦੇ ਉੱਤੇ, ਇਹਨੂੰ ਕਿਵੇਂ ਲਿਆ ਜਾ ਰਿਹਾ ਜਾਂ ਕਿੰਨੀ ਕਿਹਦੀ ਇੰਪੋਰਟੈਂਸ ਨਜ਼ਰ ਆ ਰਹੀ ਹੈ ਇਸ ਵਕਤ? ਇਹਦੀ ਜਿਹੜੀ ਕਹਿ ਲਓ ਇੰਪੋਰਟੈਂਸ ਆ ਉਹ ਤਾਂ ਬਹੁਤ ਹੈਗੀ ਆ, ਜਿਹੜੇ ਜਿੰਨੇ ਵੀ ਫੈਡਰਲ ਪਾਰਟੀਆਂ ਦੇ ਆਗੂ ਨੇ, ਕਿਉਂਕਿ ਜਗਮੀਤ ਸਿੰਘ ਇੱਕੋ ਇੱਕ ਜਿਹੜਾ ਆਗੂ ਆ ਉਹ ਘੱਟ ਗਿਣਤੀ ਨਾਲ ਸੰਬੰਧਿਤ ਆ, ਦਸਤਾਰ ਵੀ ਸਜਾਉਂਦੇ ਨੇ। ਬਿੱਲ C21 ਜਿਹੜਾ ਕਿ ਕਿਊਬਕ ਦੇ ਵਿੱਚ ਉੱਥੇ ਦੀ ਅਸੈਂਬਲੀ ਨੇ ਪਾਸ ਕੀਤਾ ਹੈ ਕਿ ਕੋਈ ਵੀ ਬੰਦਾ ਜਿਹਦੇ ਸਿਰ ਤੇ ਦਸਤਾਰ ਹੈ ਜਾਂ ਇਸਲਾਮ ਨਾਲ ਸੰਬੰਧਿਤ ਲੇਡੀਜ਼ ਨੇ ਉਹ ਆਪਣੇ ਹਿਜਾਬ ਦੀ ਵਰਤੋਂ ਕਰਦੇ ਨੇ ਤੇ ਕੁਝ ਹੋਰ ਵੀ ਧਾਰਮਿਕ ਲੋਕ ਜਿਹੜੇ ਧਾਰਮਿਕ ਚਿੰਨ ਪਹਿਨਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਜਿਵੇਂ ਸਕੂਲਾਂ ਵਿੱਚ ਆ ਜਾਂ ਹੋਰ ਜਿਹੜੀਆਂ ਸਰਕਾਰੀ ਨੌਕਰੀਆਂ ਬਿਲਕੁਲ ਨਹੀਂ ਮਿਲਣਗੀਆਂ। ਸੋ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਆ। ਐਨ ਡੀ ਪੀ ਦੇ ਨੇਤਾ ਜਗਮੀਤ ਸਿੰਘ ਨੇ ਵੀ ਕਿਹਾ ਸੀ ਇਹ ਲੈਜਿਸਲੇਚਰ ਦੇ ਤੌਰ ਤੇ ਇੱਕ ਡਿਸਕ੍ਰਿਮੀਨੇਸ਼ਨ ਹੈ ਜੀ, ਪੀ ਐਮ ਤੋਂ ਵੀ ਇਹਦੇ ਹੱਕ ਵਿੱਚ ਹੈ ਨਹੀਂ, ਪਰ ਕਿਉਂਕਿ ਲਿਬਰਲ ਜਿਹੜੇ ਨੇ ਉਹਨਾਂ ਦੀਆਂ ਵੋਟਾਂ ਕਿਉਂਕਿ ਖੁਦ ਇਹ ਆਪਣੇ ਕਿਊਬਕ ਦੇ ਵਿੱਚੋਂ ਨੇ, ਐਨ ਡੀ ਪੀ ਕੋਲ ਕਾਫੀ ਸੀਟਾਂ ਸਨ ਪਰ ਐਨ ਡੀ ਪੀ 215 ਵਿੱਚ 99 ਤੋਂ ਉਹਨਾਂ ਕੋਲ 14 ਸੀਟਾਂ ਰਹਿ ਗਈਆਂ ਸਨ, ਔਰ ਲਿਬਰਲ ਨੇ ਕਾਫੀ ਵੱਡੀ ਗਿਣਤੀ ਵਿੱਚ ਕਿਊਬਕ ਤੋਂ ਜਿਹੜੀਆਂ 78 ਸੀਟਾਂ ਚੋਂ ਸੀਟਾਂ ਜਿੱਤੀਆਂ ਸਨ। ਸੋ ਇਹ ਜਿਹੜੀ ਕਿਊਬਕ ਤੇ ਅੰਟਾਰੀਓ ਦੀਆਂ ਜਿੱਤੀਆਂ ਹੋਈਆਂ ਸੀਟਾਂ ਬਹੁਤ ਵੱਡਾ ਫਰਕ ਪਾਉਂਦੀਆਂ ਨੇ ਜੀ। ਕਿਊਬਕ ਦੀ ਜਿਹੜੀ ਉੱਥੇ ਦੇ ਪ੍ਰੀਮੀਅਰ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਇਸ ਸੂਬੇ ਦੇ ਕੰਮ ਵਿੱਚ ਦਖਲਅੰਦਾਜ਼ੀ ਨਾ ਕਰੋ, ਇਹ ਵੀ ਗੱਲ ਤਾਂ ਵੀ ਕਦੇ ਵੀ ਨਾ ਕਰੋ। ਹਾਂਜੀ, ਸੋ ਇਹ ਜਿਹੜਾ ਇਸ਼ੂ ਆਪਣੇ ਆਪ ਵਿੱਚ ਬੜਾ ਸੀਰੀਅਸ ਇਸ਼ੂ ਆ। ਬੇਸ਼ੱਕ ਸਿੱਧੀ ਦਖਲਅੰਦਾਜ਼ੀ ਜਿਹੜੀ ਫੈਡਰਲ ਸਰਕਾਰ ਨਹੀਂ ਕਰ ਰਹੀ ਤੇ ਪੀ ਸੀ ਪਾਰਟੀ ਦਾ ਵੀ ਥੋੜਾ ਜਿਹਾ ਸੌਫਟ ਹੈ, ਪਰ ਇਹ ਤਾਂ ਕਹਿੰਦੇ ਨੇ ਕਿ ਜਿਹੜੀ ਫੈਡਰਲ ਲੈਵਲ ਤੇ ਅਸੀਂ ਇਹੋ ਜਿਹੇ ਕੰਮ ਨਹੀਂ ਕਰਾਂਗੇ। ਜਿਹੜੀ ਉੱਥੇ ਦੀ ਬਲੌਕ ਆ, ਜਿਹੜੀ ਸੈਪਰੇਟਿਸਟ ਦੀ ਪਾਰਟੀ ਆ, ਬਲੌਕ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੋਈ 10 ਦੇ ਕਰੀਬ ਨੇ ਤੇ ਉਹਨਾਂ ਨੂੰ ਸਪੈਸ਼ਲ ਪਾਰਟੀ ਬਣਨ ਵਾਸਤੇ ਘੱਟੋ ਘੱਟ 12 ਮੈਂਬਰ ਪਾਰਲੀਮੈਂਟ ਚਾਹੀਦੇ ਨੇ। ਉਹ ਕਹਿੰਦੇ ਵੀ ਅਸੀਂ ਕਿਊਬਕ ਦੇ ਲੋਕਾਂ ਦੀ ਵੱਧ ਜਿਹੜੀ ਗੱਲ ਕਰਾਂਗੇ, ਇਸ ਬਿੱਲ ਦੇ ਨਾਲ ਉਹਨਾਂ ਨੂੰ ਵੱਧ ਸਪੋਰਟ ਮਿਲ ਰਹੀ ਆ, ਕਿਉਂਕਿ ਜਗਮੀਤ ਸਿੰਘ ਨੂੰ ਬੀਇੰਗ ਏ ਸਿੱਖ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉੱਥੇ ਦੇ ਲੋਕ ਜਿਹੜੇ ਨੇ ਉਹ ਇਸ ਬਿੱਲ ਦੇ ਬੜੇ ਹੱਕ ਵਿੱਚ ਨੇ। ਸੋ ਬਿੱਲ ਦੇ ਹੱਕ
ਤੇ ਹਵਾ ਲੋਕਾਂ ਦੀ, ਉਸ ਬਿੱਲ ਵਿੱਚ ਹੱਕ ਦੀ ਹਵਾ ਹੋਣ ਕਰਕੇ ਐਨ ਡੀ ਪੀ ਨੂੰ ਉੱਥੋਂ ਖੋਰਾ ਲੱਗ ਰਿਹਾ ਕਿਊਬਕ ਦੇ ਵਿੱਚ। ਹਾਂਜੀ, ਤੀਜੀ ਗੱਲ ਇਹ ਹੈ ਕਿ ਜਿਹੜੇ ਸੈਪਰੇਟਿਸਟ ਨੇ ਉਹਨਾਂ ਨੂੰ ਵੀ ਵੱਧ ਉੱਥੋਂ ਜਿਹੜੇ ਵੋਟਾਂ ਮਿਲਣ ਦੇ ਵਾਸਤੇ। ਚੌਥੀ ਜਿਹੜੀ ਪੀ ਪੀ ਸੀ ਪਾਰਟੀ ਹੈ ਉਹ ਵੀ ਕਿਊਬਕ ਦੇ ਵਿੱਚੋਂ ਨੇ, ਉਹ ਵੀ ਕੁਛ ਪੀ ਸੀ ਪਾਰਟੀਆਂ ਵੋਟਾਂ ਭੰਨਣ ਵਿੱਚ ਕਾਮਯਾਬ ਹੋ ਜਾਣਗੇ। ਪਰ ਪੀ ਸੀ ਪਾਰਟੀ ਤੇ ਲਿਬਰਲ ਤੇ ਬਲੋਕ ਇਹ ਆਪਸ ਵਿੱਚ ਹੀ ਕਾਫੀ ਉੱਥੇ ਚਲੋ ਜਿਹੜਾ ਜਿਹੜੀ ਸੀਟਾਂ ਲੈ ਕੇ ਜਾ ਸਕਦੀਆਂ ਨੇ, ਬੜੀ ਰੇਸ ਲੱਗੀ ਹੋਈ ਹੈ ਕਿ ਐਨ ਡੀ ਪੀ ਬੜੀਆਂ ਸੀਟਾਂ ਵੱਧ ਤੋਂ ਵੱਧ ਇਹ ਲੈ ਕੇ ਜਾਣ, ਪਰ ਐਨ ਡੀ ਪੀ ਨੂੰ ਵੀ ਸੀਟਾਂ ਤਾਂ ਮਿਲਣਗੀਆਂ, ਉੱਥੇ ਕੋਈ ਸ਼ੱਕ ਨਹੀਂ ਹੈ। ਜਿਹੜਾ ਬਿੱਲ ਸੀ ਤੁਹਾਡੇ ਸਾਹਮਣੇ ਉਹਦੇ ਤੇ ਫੈਡਰਲ ਲੈਵਲ ਤੇ ਜਿਸ ਤਰੀਕੇ ਨਾਲ ਸਟਰੋਂਗਲੀ ਗੱਲ ਹੋਣੀ ਚਾਹੀਦੀ ਆ ਉਹ ਕੋ ਨਹੀਂ ਰਹੀ, ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨੇਤਾ ਨੇ ਲੀਡਰ ਨੇ ਉਹ ਇਸ ਸੈਂਸਿਟਿਵ ਇਸ਼ੂ ਤੇ ਕਿ ਉਹਨਾਂ ਦੀਆਂ ਸੀਟਾਂ ਜਾਂ ਉਹਨਾਂ ਦੀਆਂ ਵੋਟਾਂ ਕਹਿ ਲਓ ਉੱਥੋਂ ਘੱਟ ਨਾ ਜਾਣ, ਜੇ ਉਹ ਥੋੜ੍ਹੀ ਜਿਹੀ ਵੱਧ ਗੱਲ ਕਰਦੇ ਆ ਬਲੋਕ ਜਿਹੜੀ ਬਲੋਕ ਪਾਰਟੀ ਸੈਪਰੇਟ ਜਿਹੜੀ ਪਾਰਟੀ ਹੈ ਸੈਪਰੇਟ ਹੋਣਾ ਚਾਹੁੰਦੇ ਉਹਨਾਂ ਨੂੰ ਵੱਧ ਉੱਥੋਂ ਸਪੋਰਟ ਮਿਲਣ ਦੀ ਆਸ ਵੀ ਹੈਗੀ ਆ। ਪਰ ਇਹ ਉਸ ਜੇਕਰ ਹੁਣ ਬਲੈਕ ਫੇਸ ਦੀ ਗੱਲ ਕਰੀਏ ਆਪਾਂ, ਜੀ ਬਲੈਕ ਫੇਸ ਇੱਕ ਨਸਲਵਾਦ ਦੇ ਨਾਲ ਜੁੜਦਾ, ਪਰ ਅਸੈਂਬਲੀ ਦੇ ਵਿੱਚ ਪਾਸ ਕੀਤਾ ਹੋਇਆ ਜਿਹੜਾ ਲੈਜਿਸਲੇਚਰ ਦੇ ਵਿੱਚ ਪਾਸ ਕੀਤਾ ਹੈ ਕਿ ਤੁਹਾਡਾ ਜਿਹੜਾ ਧਰਮ ਹੈ ਤੁਹਾਡਾ ਜਿਹੜਾ ਫੇਥ ਹੈ ਜੇਕਰ ਤੁਸੀਂ ਉਹਦੇ ਕੋਈ ਚਿੰਨ ਪਹਿਨਦੇ ਹੋ, ਦਸਤਾਰ ਪਹਿਨਦੇ ਹੋ ਜਾਂ ਤੁਸੀਂ ਹਿਜਾਬ ਪਹਿਨਦੇ ਹੋ ਉਹਦੇ ਬੇਸ ਤੇ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ। ਇਹ ਆਪਣੇ ਆਪ ਵਿੱਚ ਬੜੀ ਡਿਸਟਰਬਿੰਗ ਗੱਲ ਹੈ। ਹਾਂਜੀ ਜੀ ਸੁਖਦੇਵ ਸਿੰਘ ਜੀ, ਗੱਲ ਕਰੀਏ ਇਵੈਂਚੁਅਲੀ ਜਿਹੜੀ ਚੀਜ਼ ਇੰਪੋਰਟੈਂਟ ਹੈਗੀ ਹੈ ਫੋਰਨ ਇੰਟਰਫੇਰੈਂਸ, ਜਿਹੜਾ ਇੱਕ ਮਤਲਬ ਸਿੱਖਾਂ ਦੇ ਨਾਲ ਵੀ ਡਾਇਰੈਕਟਲੀ ਜਦੋਂ ਇੰਡੀਆ ਦੀ ਗੱਲ ਹੁੰਦੀ ਹੈ ਕਿ ਇੰਡੀਅਨ ਗਵਰਨਮੈਂਟ ਵੱਲੋਂ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੀ ਹੈ ਇੰਟਰਫੇਰੈਂਸ ਕੀਤੀ ਜਾਂਦੀ ਹੈ ਕੈਨੇਡੀਅਨ ਅਫੇਅਰਸ ਦੇ ਵਿੱਚ, ਇਹਦੇ ਵਿੱਚ ਰਸ਼ੀਆ ਦਾ ਨਾਂ ਵੀ ਆਉਂਦਾ, ਚਾਈਨਾ ਦਾ ਵੀ ਆਉਂਦਾ, ਹੋਰ ਕੰਟਰੀਜ਼ ਦੀ ਗੱਲ ਵੀ ਹੈਗੀ ਹੈ, ਬਟ ਓਵਰਆਲ ਜਿੱਥੇ ਕੈਨੇਡੀਅਨ ਇੰਟੈਲੀਜੈਂਸ ਦੀਆਂ ਜਿਹੜੀਆਂ ਰਿਪੋਰਟਸ ਆਉਂਦੀਆਂ ਨੇ ਇਸ ਇਸ਼ੂ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਵੀ ਆਈਆਂ ਨੇ, ਇਸ ਵਕਤ ਜਿਹੜੀ ਫੋਰਨ ਇੰਟਰਫੇਰੈਂਸ ਹੈ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਕਿੱਦਾਂ ਦੇ ਜਿਹੜੇ ਕੁਐਸਚਨ ਨੇ ਜਾਂ ਕਿੱਦਾਂ ਦਾ ਜਿਹੜਾ ਰੁਝਾਨ ਹੈ ਉਹ ਦਿਖ ਰਿਹਾ? ਅਜੇ ਜੀ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਕਿ ਜਿਹੜਾ ਫੈਡਰਲ ਪਾਰਟੀ ਬੀਇੰਗ ਬਾਂਡ ਆਫ ਜਿਹੜੀ 6 ਫੋਰਨ ਕੰਟਰੀਜ਼ ਤੋਂ, ਹਾਂਜੀ ਜਿਹੜਾ ਉਹਨਾਂ ਦਾ ਪ੍ਰਭਾਵ ਆ ਇਸ ਇਲੈਕਸ਼ਨ ਦੇ ਵਿੱਚ, ਵੀ ਜਿਹੜੀਆਂ ਸਾਡੀਆਂ ਇੱਥੇ ਦੀਆਂ ਏਜੰਸੀਆਂ ਨੇ ਉਹ ਹਫ਼ਤੇ 'ਚ ਦੋ ਵਾਰੀ ਪੋਲੀਟੀਕਲ ਪਾਰਟੀਆਂ ਨੂੰ ਅਪਡੇਟ ਕਰਦੀਆਂ ਨੇ, ਵੀ ਬਰੀਫਿੰਗ ਦਿੰਦੀਆਂ ਨੇ ਜੀ 15-16 ਸਤੰਬਰ ਤੱਕ ਇਹਦੀ ਜਿਹੜੀ ਖ਼ਬਰ ਆ, ਉਸ ਤੋਂ ਬਾਅਦ ਆਹ ਜਿਹੜੀ ਵੱਡੀ ਗੱਲ ਹੋ ਜਾਂਦੀ ਹੈ। ਪਰ ਇਹਦੇ ਵਿੱਚ ਚਾਈਨਾ ਅਤੇ ਇੰਡੀਆ ਦਾ ਨਾਮ ਚਲੋ ਟੋਪ 'ਤੇ ਆਉਂਦਾ, ਉਸ ਤੋਂ ਬਾਅਦ ਫਿਰ ਜਿਹੜਾ ਸਾਊਦੀ ਅਰੇਬੀਆ, ਇਰਾਨ, ਪਾਕਿਸਤਾਨ, ਇੱਕ ਹੋਰ ਦੇਸ਼ ਦਾ ਵੀ ਨਾਂ ਇਹਦੇ ਸ਼ਾਮਿਲ ਹੈ, ਟੋਟਲ 6 ਦੇਸ਼ਾਂ ਦੀ ਇਹਨੇ ਗੱਲ ਕੀਤੀ ਹੈ। ਪਰ ਇਹਦੇ ਵਿੱਚ ਜਦੋਂ ਗੱਲ ਚੱਲਦੀ ਹੈ ਕਿ ਕੁਝ ਇਲਾਕੇ ਨੇ, ਕੁਝ ਹਲਕੇ ਨੇ ਜਿੱਥੋਂ ਡਾਇਰੈਕਟਲੀ ਇਨਡਾਇਰੈਕਟਲੀ ਉਹ ਜਿਹੜੇ ਵੱਖ ਵੱਖ ਰਾਈਡਿੰਗ ਨੇ ਉੱਥੋਂ ਇੰਡੀਆ ਵਾਲੇ ਇਨਫਲੂਐਂਸ ਵਾਲੇ, ਚਾਈਨਾ ਵਾਲੇ ਇਨਫਲੂਐਂਸ ਵਾਲੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਜਾ ਸਕਦਾ। ਸੋ ਇਹ ਇਸ਼ੂ ਵਿੱਚ ਜ਼ਰੂਰ ਆਇਆ ਅਤੇ ਆਉਣਾ ਵੀ ਚਾਹੀਦਾ ਸੀ, ਜ਼ਿਆਦਾ ਵੀ ਦੇਰ ਆਏ ਦਸਤਰ ਆਏ, ਜਿਵੇਂ ਤੁਹਾਡੇ ਇੱਥੇ ਅਮੈਰੀਕਾ ਦੇ ਵਿੱਚ 2016 ਦੀ ਜਿਹੜੀ ਇਲੈਕਸ਼ਨ ਸੀ ਉਹਨੂੰ ਰਸ਼ੀਆ ਨੇ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ, ਇਹ ਮੁੱਦਾ ਵੀ ਚੱਲਦਾ ਰਹਿੰਦਾ। ਹੋਰ ਵੀ ਮੁੱਦੇ ਆਪਾਂ ਸੋਸ਼ਲ ਮੀਡੀਆ ਥਰੂ ਵੀ ਕਹਿ ਸਕਦੇ ਹਾਂ, ਇਨਡਾਇਰੈਕਟਲੀ ਵੀ ਕਰ ਸਕਦੇ ਹਾਂ, ਫੰਡਿੰਗ ਦੀ ਗੱਲ ਵੀ ਕਿਤੇ ਨਾ ਕਿਤੇ ਹੋ ਸਕਦੀ ਹੈ, ਜਾਂ ਫਿਰ ਇਹ ਚੀਜ਼ਾਂ ਨੇ ਇੱਥੇ ਦੀਆਂ ਏਜੰਸੀਆਂ ਇਸ ਇਸ਼ੂ 'ਤੇ ਨਿਗਾਹ ਰੱਖਦੀਆਂ ਨੇ।
ਤਾਂ ਕਿ ਜਿਹੜੀ ਫੋਰਨ ਇੰਟਰਫੇਰੈਂਸ ਆ ਉਹ ਉਸ ਲੈਵਲ ਦੀ ਨਾ ਹੋ ਸਕੇ, ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਰ ਜਾਂਦੇ ਨੇ, ਕਿਤੇ ਚਲੋ ਬੀਜੇਪੀ ਵਾਲੇ ਨੇ, ਕਿਤੇ ਆਰਐਸਐਸ ਵਾਲੇ ਨੇ, ਜਾਂ ਕਿਤੇ ਜਿਹੜਾ ਜੇ ਆਪਾਂ ਗੱਲ ਕਰੀਏ ਜੇ ਚਾਈਨਾ ਵਾਲੀ ਇੰਟਰਫੇਰੈਂਸ ਉਹ ਸਿੱਖ ਵੋਟਰ ਨੂੰ ਜਾਂ ਸਿੱਖ ਵਾਲੇ ਕਹਿੰਦੇ ਤੇ ਬਾਹਲੀ ਸਿੱਧੀ ਨਹੀਂ ਹੁੰਦੀ, ਜਾਂ ਚਲੋ ਇਰਾਨ ਵਾਲੀ, ਪਰ ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਦੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਦੀ ਭਾਰਤ ਦੀ ਫੇਰੀ ਸੀ ਉਹਦੇ ਵਿੱਚ ਵੀ ਜੇਕਰ ਆਉਂਦਾ ਵੀ ਨਹੀਂ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ। ਦੂਜੇ ਪਾਸੇ ਜਿਹੜੇ ਬੀਜੇਪੀ ਜਾਂ ਆਰਐਸਐਸ ਵਾਲੇ ਨੇ ਉਹਨਾਂ ਦਾ ਡਾਇਰੈਕਟਲੀ ਇੰਟੈਕਟ ਕਿਤੇ ਨਾ ਕਿਤੇ ਜਿਹੜਾ ਪੀਸੀ ਪਾਰਟੀ ਵਾਲਿਆਂ ਨੂੰ ਵੱਧ ਵੀ ਆਪਾਂ ਕਹਿ ਸਕਦੇ ਹਾਂ ਵੀ ਪ੍ਰਮੋਟ ਕਰਨਾ ਜਾਂ ਉਹਨਾਂ ਦੇ ਨਾਲ ਸਹਿਜਾ ਰੱਖਣਾ, ਜਿਵੇਂ ਪੀ ਐਮ ਮੋਦੀ ਜਦੋਂ 2015 ਦੇ ਵਿੱਚ ਇੱਥੇ ਆਉਂਦਾ ਤਾਂ ਕਿਸ ਕਦਰ ਜਿਹੜੇ ਉਸ ਸਮੇਂ ਪੀ ਐਮ ਹਰਪੁਰ ਸਨ ਉਹਨਾਂ ਨੇ ਉਹਨਾਂ ਦੀ ਚਲੋ ਆਓ ਭਗਤ ਕੀਤੀ, ਇਸ ਤਰ੍ਹਾਂ ਜਦੋਂ ਇੱਥੋਂ ਜਾਂਦੇ ਨੇ ਫੇਰ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਇੱਕ ਇੱਕ ਫੰਕਸ਼ਨ ਤੇ ਕਿਸ ਤਰ੍ਹਾਂ ਬੋਲਦਿਆਂ ਹੋਇਆ ਹਰਪੁਰ ਕਹਿ ਜਾਂਦਾ ਸੀ ਵੀ ਕਹਿ ਗਿਆ ਵੀ ਅਸੀਂ ਖਾਲਿਸਤਾਨੀਆਂ ਤੋਂ ਦੂਰ ਰਹਾਂਗੇ। ਉਸ ਤੋਂ ਪਹਿਲਾਂ ਜਦੋਂ 2012 ਵਿੱਚ ਹਰਪੁਰ ਗਿਆ ਤਾਂ ਭਾਰਤੀ ਫੇਰੀ ਤੇ ਜਦੋਂ ਉੱਥੇ ਸਵਾਲ ਪੁੱਛੇ ਗਏ ਵੀ ਤੁਸੀਂ ਖਾਲਿਸਤਾਨੀਆਂ, ਉਹ ਕਹਿੰਦਾ ਵੀ ਸਾਨੂੰ ਇਹਨਾਂ ਨੂੰ ਡੈਮੋਕ੍ਰੈਟਿਕ ਢੰਗ ਦੇ ਨਾਲ ਖਾਲਿਸਤਾਨ ਦੀ ਗੱਲ ਕਰਨ ਦਾ ਹੱਕ ਵੀ ਹੈ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜਾ ਵੀ ਫੋਰਨ ਏਜੰਸੀਆਂ ਦਾ ਇਸ਼ੂ ਆ ਜਾਂ ਫਿਰ ਫੋਰਨ ਇੰਟਰਫੇਰੈਂਸ ਆ ਕਿਤੇ ਨਾ ਕਿਤੇ ਚੱਲਦਾ ਰਹਿੰਦਾ, ਇਹ ਨੋਨ ਸਟੋਪ ਹੀ ਆ। ਤੇ ਮੇਰੇ ਖਿਆਲ ਚ ਇਹ ਚੰਗੀ ਗੱਲ ਹੈ ਕਿ ਇਹ ਜਿਹੜਾ ਇਸ਼ੂ ਆਇਆ ਵੀ ਏਜੰਸੀਆਂ ਨੇ ਰੱਖ ਲਈਆਂ ਜੀ। ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਦੇਖਣਾ ਹੋਵੇ, ਖਾਸ ਤੌਰ 'ਤੇ ਜੇ ਸਿੱਖਾਂ ਦੀ ਗੱਲ ਕਰਨੀ ਹੋਵੇ, ਜਦੋਂ ਵੀ ਕੋਈ ਐਕਟੀਵਿਟੀ ਹੁੰਦੀ ਹੈ, ਐਕਟਿਵਿਜ਼ਮ ਹੁੰਦਾ, ਉਹ ਜਗਮੀਤ ਸਿੰਘ ਦੇ ਨਾਲ ਰਿਲੇਟਡ ਹੋਵੇ ਜਾਂ ਜਸਟਿਨ ਟਰੂਡੋ ਦੀ ਭਾਰਤ ਫੇਰੀ ਦਾ ਤੁਸੀਂ ਜ਼ਿਕਰ ਕੀਤਾ, ਈਵਨ ਬਾਅਦ ਦੇ ਵਿੱਚ ਇੰਟੈਲੀਜੈਂਸ ਰਿਪੋਰਟਸ ਜਿਹੜੀਆਂ ਕੈਨੇਡੀਅਨ ਏਜੰਸੀਜ਼ ਦੀਆਂ ਆਈਆਂ ਨੇ, ਉਹਨਾਂ ਨੇ ਇਹ ਗੱਲ ਡਾਇਰੈਕਟ ਤੌਰ 'ਤੇ ਕਹੀ ਹੈ ਵੀ ਗਵਰਨਮੈਂਟ ਲੈਵਲ 'ਤੇ ਡਾਇਰੈਕਟਲੀ ਇਨਡਾਇਰੈਕਟਲੀ ਅੰਡਰਮਾਈਨ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਰਹੀ ਹੈ। ਸੋ ਇਹਨੂੰ ਲੈ ਕੇ ਸਰਕਾਰ ਜਾਂ ਏਜੰਸੀਆਂ ਕਿੰਨੀਆਂ ਕੁ ਸੀਰੀਅਸ ਨਜ਼ਰ ਆਉਂਦੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ? ਇਹ ਤਾਂ ਠੀਕ ਹੈ ਜੀ, ਕਿਉਂਕਿ ਜਿਹਨਾਂ ਦੇ ਕੋਲ ਜਿਹੜੀ ਬਈ ਜਿਹਨਾਂ ਬੈਠੇ ਕੋਈ ਕੌਂਸਲਰ ਦਫ਼ਤਰ ਆ, ਅੰਬੈਸੀਆਂ ਆ, ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਤਾਂ ਪ੍ਰਭਾਵ ਹੁੰਦੇ ਨੇ ਸਰਕਾਰਾਂ ਤੇ, ਸਰਕਾਰਾਂ ਦੇ ਨਾਲ ਸਰਕਾਰਾਂ ਇਨਫੋਰਮੇਸ਼ਨ ਸਾਂਝੀਆਂ ਕਰਦੀਆਂ ਨੇ, ਜਿਹੜੀਆਂ ਇੰਟੈਲੀਜੈਂਸੀਆਂ ਨੇ ਉਹ ਇਨਫੋਰਮੇਸ਼ਨ ਆਪਸ ਵਿੱਚ ਸਾਂਝੀਆਂ ਕਰਦੀਆਂ ਨੇ, ਪਰ ਜਿਹੜੇ ਲੋਕ ਕਹੋ ਵੀ ਆਮ ਲੋਕ ਨੇ, ਨਾਗਰਿਕ ਨੇ, ਉਹਨਾਂ ਦੀ ਜਾਣਕਾਰੀ ਕਿਸੇ ਹੋਰ ਦੇਸ਼ ਦੀ ਏਜੰਸੀ ਨੂੰ ਦੇਦੇ ਨਹੀਂ, ਉਹ ਤੋਂ ਬਾਅਦ ਫਿਰ ਕਹੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਜਿੱਥੇ ਹੋਰ ਇੱਥੇ ਹੋਰ ਵੀ ਕਈ ਬੰਦਿਆਂ ਨਾਲ ਪਹਿਲਾਂ ਹੋ ਚੁੱਕਾ ਹੈ। ਪਰ ਇਹ ਜਿਹੜੀ ਆਪਣੇ ਆਪ ਵਿੱਚ ਗੱਲ ਬੜੀ ਖਤਰਨਾਕ ਹੈ ਕਿ ਚੁੱਪ ਚੁਪੀਤੇ ਤੁਸੀਂ ਕਿਸੇ ਨੂੰ ਕਿਸੇ ਦੀ ਜਾਣਕਾਰੀ ਦੇਦੇ ਨਹੀਂ, ਜੇ ਇਲੈਕਟ੍ਰਿਕ ਵੀ ਇਸ਼ੂ ਆਉਂਦੇ ਨੇ ਜਾਂ ਕਿਤੇ ਨਾ ਕਿਤੇ ਸਰਦਾਰ ਜਗਮੀਤ ਸਿੰਘ ਦੇ ਨਾਲ ਜੋੜਤੇ ਜਾਂਦੇ ਨੇ, ਜਾਂ ਜਦੋਂ ਕਿਸ ਤਰ੍ਹਾਂ ਵੀ ਹਰ ਮੈਂਬਰ ਪਾਰਲੀਮੈਂਟ ਜਿਹੜੇ ਲਿਬਰਲ ਦੇ ਸਨ, ਵੀ ਆਪਣੇ ਡਿਫੈਂਸ ਮੰਤਰੀ ਹਰਜੀਤ ਸਿੰਘ ਸੱਜਣ ਜਾਂ ਹੋਰ ਜਿਹੜੇ ਮੰਤਰੀ ਸਨ ਉਹਨਾਂ ਨੂੰ ਖਾਲਿਸਤਾਨ ਦੇ ਨਾਲ ਜੋੜਤਾ ਨਾਲ ਜੋੜਿਆ ਗਿਆ, ਨਾ ਕਿ ਉਹ ਖਾਲਿਸਤਾਨ ਦੇ ਕੋਈ ਡਿਫੈਂਸ ਮਿਨਿਸਟਰ, ਉਹ ਤਾਂ ਕਨੇਡਾ ਦੇ ਡਿਫੈਂਸ ਮਿਨਿਸਟਰ ਹਨ ਜੀ, ਬੀਂਗ ਏ ਸਿੱਖ, ਬੀਂਗ ਏ ਕੈਨੇਡੀਅਨ। ਸੋ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸਿੱਖਾਂ ਦੇ ਨਾਲ ਕੋਈ ਹਮਦਰਦੀ ਰੱਖਣ ਵਾਲਾ ਗਰੁੱਪ ਜਾਂ ਪੋਲੀਟੀਕਲ ਪਾਰਟੀ
ਉਹਨਾਂ ਨੂੰ ਕਹਿੰਦੇ ਹਰ ਲੈਵਲ ਤੇ ਚੁੱਭਦਾ ਰਹਿੰਦਾ ਹਾਂ ਜੀ, ਤੇ ਇਹ ਜੀ ਆਪਣੇ ਆਪ ਦੀ ਮੰਦਭਾਗੀ ਗੱਲ ਹੈ ਤੇ ਕੋਸ਼ਿਸ਼ ਤਾਂ ਕਰਦੇ ਰਹਿੰਦੇ ਨੇ ਪਰ ਫਿਰ ਵੀ ਜਿਹੜੇ ਸਿੱਖਾਂ ਦੇ ਪ੍ਰਭਾਵ ਨੇ ਉਹ ਕਿਤੇ ਨਾ ਕਿਤੇ ਰਹਿੰਦੇ ਨੇ, ਜਿਵੇਂ ਪਿਛਲੇ ਆਪਾਂ ਕਹਿ ਸਕਦੇ ਇਸ ਸਾਲ ਇਹ ਜਿਹੜੀ ਪਬਲਿਕ ਸੇਫਟੀ ਰਿਪੋਰਟ ਸੀ ਕਾਫੀ ਚਿਰ ਤੋਂ ਬਾਅਦ ਕਾਫੀ ਜਦੋ ਜਹਦ ਤੋਂ ਬਾਅਦ ਉਹਨੂੰ ਕਢਾਉਣ ਵਿੱਚ ਜਿਹੜੇ ਸਿੱਖ ਕਾਮਯਾਬ ਹੋਏ ਨੇ, ਪਰ ਸਰਕਾਰਾਂ ਜਾਂ ਏਜੰਸੀਆਂ ਕਿਸ ਤਰ੍ਹਾਂ ਪਾਉਣ ਵਿੱਚ ਕਾਮਯਾਬ ਹੋ ਜਾਂਦੇ ਨੇ, ਇਹ ਵੀ ਮੁੱਦੇ ਬੜੇ ਆਪਣੇ ਆਪ ਵਿੱਚ ਮੇਰੇ ਖਿਆਲ 'ਚ ਜਿਹੜੇ ਜ਼ਰੂਰੀ ਨੇ ਅਹਿਮੀਅਤ ਰੱਖਦੇ ਨੇ। ਹੋਰ ਮੈਂ ਜੇ ਆਪਾਂ ਦੋ ਕੁ ਮਿੰਟ ਗੱਲ ਕਰੀਏ ਓਵਰਆਲ ਜਿਹੜੀ ਜੇ ਜਿਹੜੀ ਗੱਲ ਬਲੈਕ ਫੇਸ ਦੀ ਆਈ ਤੋਂ ਬਿਨਾਂ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਇਲੈਕਸ਼ਨ ਕੈਂਪੇਨ ਜਾਂ ਚੋਣ ਪ੍ਰਚਾਰ ਹੋ ਰਿਹਾ ਸੀ, ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਜਿਹੜੇ ਮੁੱਦੇ ਨੇ, ਕਿਉਂਕਿ ਜਦੋਂ ਇਹੋ ਜਿਹੀ ਕੰਟਰੋਵਰਸੀ ਵਾਲਾ ਇਸ਼ੂ ਆਉਂਦਾ ਤੇ ਜਿਹੜੇ ਅਸਲੀ ਮੁੱਦੇ ਨੇ ਹੈਲਥ ਕੇਅਰ ਹੈ, ਇਨਵਾਇਰਮੈਂਟ ਹੈ, ਜੋਬ ਓਪਰਚੁਨਿਟੀ ਹੈ, ਹੋਰ ਬਹੁਤ ਸਾਰੇ ਇਸ਼ੂ ਨੇ ਜਿਵੇਂ ਕੱਲ੍ਹ ਵੀ ਅੱਜ ਵੀ ਜਿਹੜੀਆਂ ਵੱਖ ਵੱਖ ਪੋਲੀਟੀਕਲ ਪਾਰਟੀਆਂ ਨੇ, ਪੀ ਸੀ ਪਾਰਟੀ ਨੇ ਵੀ ਐਲਾਨ ਕੀਤਾ ਸੀ ਕਿਸੇ $1.5 billion ਦੀ ਜਿਹੜੀ ਸਬਸਿਡੀ ਆ ਵੈਲਥੀ ਕਾਰਪੋਰੇਸ਼ਨ ਦਿੱਤੀ ਜਾਂਦੀ ਉਹਦੇ ਤੇ ਵੀ ਰੋਕ ਲਾਵਾਂਗੇ, ਸੀਨੀਅਰ ਸਿਟੀਜ਼ਨ ਦੀ ਪੈਨਸ਼ਨ ਵਾਲਾ ਮੁੱਦਾ ਆਇਆ, ਚਾਇਲਡ ਕੇਅਰ ਵਾਲਾ ਇਸ਼ੂ ਆਉਂਦਾ ਆ, ਫੈਮਿਲੀ ਕੇਅਰ ਵਾਲੀ ਗੱਲ ਆਉਂਦੀ ਆ। ਜਗਮੀਤ ਸਿੰਘ ਨੇ ਇੱਥੇ ਬੇਸ਼ੱਕ ਸਾਡੇ ਕੈਨੇਡਾ ਦੇ ਵਿੱਚ USA ਨਾਲੋਂ ਬੈਟਰ ਹੈਲਥ ਕੇਅਰ ਸਿਸਟਮ ਹੈ, ਯੂਨੀਵਰਸਲ ਹੈਲਥ ਕੇਅਰ ਸਿਸਟਮ ਹੈ, ਪਰ ਦਵਾਈਆਂ ਲੋਕਾਂ ਨੂੰ ਸਾਰਿਆਂ ਨੂੰ ਫ੍ਰੀ ਨਹੀਂ ਮਿਲਦੀਆਂ। ਸੋ ਜਗਮੀਤ ਸਿੰਘ ਨੇ ਕਿਹਾ ਕਿ ਜੇ ਉਹਨਾਂ ਦੀ ਪਾਰਟੀ ਦੀ ਸਰਕਾਰ ਬਣਦੀ ਆ ਉਹ ਹਰ ਇੱਕ ਨੂੰ ਦਵਾਈਆਂ ਫ੍ਰੀ ਦੇਣਗੇ, ਤੇ ਅੱਜ ਵੀ ਤੇ ਕੱਲ੍ਹ ਸਵੇਰ ਉਹਨਾਂ ਨੇ ਕਿਹਾ ਕਿ ਉਹ ਡੈਂਟਲ ਸਰਵਿਸ ਵੀ ਉਹਨਾਂ ਲੋਕਾਂ ਨੂੰ ਫ੍ਰੀ ਦੇਣਗੇ ਜਿਹਨਾਂ ਦੀ ਇਨਕਮ $70,000 ਤੋਂ ਘੱਟ ਹੈ। ਸੋ ਇੱਦਾਂ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਕਿ ਮੇਰੇ ਖਿਆਲ ਚੰਗੀਆਂ ਆ ਲੋਕਤੰਤਰ ਢੰਗ ਦੇ ਵਿੱਚ, ਜਾਂ ਫਿਰ ਕਹਿ ਲਓ ਵੀ ਜਿਹੜੇ ਕੈਨੇਡਾ ਦੇ ਨਾਗਰਿਕਾਂ ਨੂੰ, ਕਿਉਂਕਿ ਕੈਨੇਡਾ ਦੇ ਵਿੱਚ 36 million ਸਾਰੀ ਆਬਾਦੀ ਆ, ਬਹੁਤ ਵੱਡਾ ਦੇਸ਼ ਹੈ। ਸੋ ਇਸ ਦੇਸ਼ ਦੇ ਵਿੱਚ ਜਿਹੜੀਆਂ ਸੁੱਖ ਸਹੂਲਤਾਂ ਸਾਨੂੰ ਇੱਥੇ ਮਿਲ ਰਹੀਆਂ ਮੇਰੇ ਖਿਆਲ 'ਚ ਉਹਦੇ ਲਈ ਜਿਹੜਾ ਡੈਮੋਕ੍ਰੈਟਿਕ ਢੰਗ ਦੇ ਨਾਲ ਅਸੀਂ ਸਾਰੇ ਆਪੋ ਆਪਣੇ ਢੰਗ ਨਾਲ ਯੋਗਦਾਨ ਵੀ ਪਾ ਸਕਦੇ ਹਾਂ। ਦੂਜੀ ਗੱਲ ਆਪਾਂ ਕਰੀਏ ਜਗਮੀਤ ਸਿੰਘ ਦੀ, ਜਾਂ ਜਿਹੜੀ ਇੱਕ ਪਹਿਲੀ ਡਿਬੇਟ ਹੋਈ ਸੀ ਉਹਦੇ ਵਿੱਚ ਚੰਗੀ ਕਾਰਗੁਜ਼ਾਰੀ ਸੀ। ਤੀਜੀ ਜਗਮੀਤ ਸਿੰਘ ਨੇ ਇਹ ਵੀ ਕਿਹਾ ਸੀ ਜਦੋਂ ਉਹਦੀ ਦਿਸ਼ਾ ਪ੍ਰੇਸ ਅਜੇ ਲੜ ਰਹੇ ਸੀ, ਉਹਨਾਂ ਨੇ ਕਿਹਾ ਜਦੋਂ ਵੀ ਇਸ ਸਾਲ ਇਲੈਕਸ਼ਨ ਹੁੰਦੀ ਜੇ ਮੈਂ ਜਿੱਤ ਜਾਂਦਾ, ਮੈਨੂੰ ਬੜੀ ਆਸ ਹੈ ਜਿੱਤਾਂ ਦੀ ਨੋਮੀਨੇਸ਼ਨ NDP ਦੀ, ਜਦੋਂ ਤੁਸੀਂ TV 'ਤੇ ਦੇਖੋਗੇ ਅਤੇ ਉਸ ਡਿਬੇਟ ਦੇ ਵਿੱਚ ਇੱਕ ਤੁਹਾਨੂੰ ਜਗਮੀਤ ਸਿੰਘ ਵੀ ਨਜ਼ਰ ਆਏਗਾ ਜਦੋਂ ਬਾਕੀ ਪਾਰਟੀਆਂ ਦੇ ਲੀਡਰਾਂ ਦੇ ਨਾਲ ਡਿਬੇਟ ਹੋ ਰਹੀ ਹੋਵੇਗੀ। ਸੋ ਇਹ ਕਹਿ ਲਓ ਬੀਇੰਗ ਕੈਨੇਡੀਅਨ ਵੈਲਿਊ ਲਈ ਵੀ ਵਧੀਆ ਹੈ, ਸਾਡੇ ਸਿੱਖ ਸਮਾਜ ਵਾਸਤੇ ਵੀ ਵਧੀਆ ਹੈ, ਡਾਈਵਰਸਿਟੀ ਵਾਸਤੇ ਵੀ ਵਧੀਆ ਹੈ। ਸੋ ਜਦੋਂ ਅਸੀਂ ਇੱਦਾਂ ਵੀ ਗੱਲਾਂ ਬਾਤਾਂ ਦੇਖਦੇ ਹਾਂ ਸਾਨੂੰ ਹੌਸਲਾ ਵੀ ਹੁੰਦਾ, ਇਹ ਇਕੱਲਾ ਸਿੱਖਾਂ ਨੂੰ ਵੀ ਹੋਰ ਵੀ ਘੱਟ ਗਿਣਤੀਆਂ ਦੇ ਲੋਕਾਂ ਨੂੰ ਇਸ ਗੱਲ ਲਈ ਹੌਸਲਾ ਮਿਲਦਾ ਵੀ ਜਿਹੜੇ ਵੀ ਕਹਿ ਲਓ ਵੀ ਵਾਈਟ ਨਹੀਂ, ਜਾਂ ਫਿਰ ਕਹਿ ਲਓ ਵੀ ਜਿਹੜੇ ਮੇਨ ਸਟ੍ਰੀਮ ਦੇ ਨਾਲ ਸੰਬੰਧਿਤ ਨਹੀਂ, ਉਹਨਾਂ ਲੋਕਾਂ ਦੀ ਯੂਥ ਨੂੰ ਵੀ ਇਸ ਗੱਲ ਲਈ ਕਾਫ਼ੀ ਹੌਸਲਾ ਮਿਲਦਾ। ਸੋ ਮੇਰੇ ਖਿਆਲ 'ਚ ਇੱਕ ਚੰਗੀਆਂ ਗੱਲਾਂ ਵੀ ਨੇ, ਨਾਲ ਨਾਲ ਕੁਝ ਨੈਗੇਟਿਵ ਵੀ ਚੱਲਦੀਆਂ ਨੇ ਮੇਰੇ 'ਤੇ। ਹਾਂਜੀ ਜੀ ਬਿਲਕੁਲ ਸੁਖਦੇਵ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਡਾਇਵਰਸਿਟੀ ਦੀ, ਕੈਨੇਡਾ ਨੇ ਕਾਫ਼ੀ ਪ੍ਰਮੋਟ ਕੀਤਾ ਡਾਇਵਰਸਿਟੀ ਨੂੰ, ਖਾਸ ਤੌਰ 'ਤੇ ਜਦੋਂ ਅਸੀਂ ਰਿਫਿਊਜੀਜ਼ ਦਾ ਮਾਮਲਾ ਦੇਖਦੇ ਹਾਂ ਤਾਂ ਜਸਟਿਨ ਟਰੂਡੋ ਨੇ ਬੜੀਆਂ ਖੁੱਲ੍ਹੀਆਂ ਬਾਹਾਂ ਦੇ ਨਾਲ ਰਿਫਿਊਜੀਜ਼ ਦਾ, ਜਿਹੜੇ ਸੀਰੀਅਨ ਰਿਫਿਊਜੀਜ਼ ਹੈਗੇ ਆ ਉਹਨਾਂ ਦਾ ਖੁੱਲ੍ਹੀਆਂ ਬਾਹਾਂ ਦੇ ਨਾਲ ਸਵਾਗਤ ਕੀਤਾ।
ਬੜੀ ਵੱਡੀ ਤਾਦਾਦ ਦੇ ਵਿੱਚ ਕੈਨੇਡਾ ਦੇ ਵਿੱਚ ਪਹੁੰਚੇ ਆ, ਉਹ ਵੀ ਇੱਕ ਟਾਈਮ ਤੇ ਬੜਾ ਹਾਈਲਾਈਟ ਹੋਇਆ ਸੀ ਇਸ਼ੂ। ਇੱਕ ਪਾਸੇ ਉਹ ਥਾਟ ਸੀ ਜਿਹੜਾ ਵੈਲਕਮ ਕਰ ਰਿਹਾ ਸੀ, ਮਲਟੀ ਕਲਚਰਲਿਜ਼ਮ ਨੂੰ ਪ੍ਰਮੋਟ ਕਰ ਰਿਹਾ ਸੀ, ਤੇ ਦੂਜੇ ਪਾਸੇ ਉਹ ਰਾਈਟ ਵਿੰਗਰ ਥਾਟ ਜਾਂ ਉਹ ਕੰਜ਼ਰਵੇਟਿਵ ਥਾਟ ਵੀ ਨਜ਼ਰ ਆਇਆ ਜਿਹੜਾ ਇਸ ਦਾ ਵਿਰੋਧ ਕਰਦਾ ਨਜ਼ਰ ਆਉਂਦਾ ਸੀ। ਸੋ ਜਦੋਂ ਅਸੀਂ ਡਾਇਵਰਸਿਟੀ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਜਗਮੀਤ ਸਿੰਘ ਦਾ ਜ਼ਿਕਰ ਕੀਤਾ ਵੀ ਇੱਕ ਹੋਪ ਨਜ਼ਰ ਆਉਂਦੀ ਹੈ ਜਿਹਦੇ ਵਿੱਚੋਂ ਜਿਹੜੀਆਂ ਮਾਈਨੋਰਿਟੀ ਕਮਿਊਨਿਟੀਜ਼ ਹੈਗੀਆਂ ਨੇ ਉਹਨਾਂ ਨੂੰ, ਉਸ ਐਂਗਲ ਤੋਂ ਕਿਵੇਂ ਦੇਖਦੇ ਹੋ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਨਤੀਜੇ ਜਾਂ ਜਿਹੜੇ ਰੁਝਾਨ ਦੇਖਣ ਨੂੰ ਮਿਲ ਰਹੇ ਨੇ ਉਹ ਕਿਸ ਡਾਇਰੈਕਸ਼ਨ ਵੱਲ ਲੀਨ ਕਰਦੇ ਨਜ਼ਰ ਆਉਂਦੇ ਆ? ਦੇਖੋ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ, ਜਿਹੜੇ ਹੁਣ ਤੱਕ ਤਾਂ ਬਈ ਹੋ ਸਕਦਾ ਹੈ ਜਿਹੜੀ ਹੁਣ ਤੱਕ ਦੀ ਪੋਲ ਹੈ ਕਿ ਜਾਂ ਥੋੜੀ ਜਿਹੀ ਜੇ ਵੱਧ ਜਾਂਦੇ ਨੇ ਤਾਂ ਪੀਸੀ ਪਾਰਟੀ ਦੀ ਸਰਕਾਰ, ਕਿਉਂਕਿ ਜਿਸ ਪਾਰਟੀ ਨੇ ਬਹੁਮਤ ਹਾਸਲ ਕਰਨਾ ਉਹਨੇ 338 ਵਿੱਚੋਂ 170 ਮੈਂਬਰ ਪਾਰਲੀਮੈਂਟ ਘੱਟੋ ਘੱਟ ਚਾਹੀਦੇ ਹਨ ਜੀ। ਸੋ ਹੋ ਸਕਦਾ ਕਿਸੇ ਵੀ ਪੋਲੀਟੀਕਲ ਪਾਰਟੀ ਕੋਲ ਵੱਧ ਮੈਂਬਰ ਪਾਰਲੀਮੈਂਟ ਨਾ ਹੋਣ, ਮੇਰੇ ਕਹਿਣ ਦਾ ਭਾਵ 170 ਨਾ ਹੋਣ, 170 ਤੋਂ ਘੱਟਦੇ ਨੇ ਫਿਰ ਉਹਨਾਂ ਨੂੰ ਜਿਹੜੀਆਂ ਆਪਣੇ NDP ਆ ਜਾਂ ਗ੍ਰੀਨ ਪਾਰਟੀ ਇਹਨਾਂ ਦੀ ਮਦਦ ਦੀ ਲੋੜ ਪੈ ਸਕਦੀ ਹੈ। NDP ਵਾਲੇ ਕਿੰਗ ਮੇਕਰ ਵੀ ਬਣ ਸਕਦੇ ਆ, ਪਰ ਹੁਣ ਡਿਪੈਂਡ ਕਰਦਾ ਜਿਹੜੀ ਆਹ ਜਿਹੜਾ ਨਵਾਂ ਕਹਿ ਲਓ ਵੀ ਇੱਕ ਕੰਟਰੋਵਰਸੀ ਆਈ ਹੈ ਬਲੈਕ ਫੇਸ ਵਾਲੀ, ਉਹ ਤੋਂ ਬਾਅਦ ਟੁੱਡਾ ਸਾਹਿਬ ਕਿਸ ਤਰ੍ਹਾਂ ਇਹ ਡੈਮੇਜ ਕੰਟਰੋਲ ਕਰਦੇ ਨੇ ਜਾਂ ਕੋਈ ਕੀ ਚੇਂਜ ਆਉਂਦੀ ਹੈ ਇਸ ਗੱਲ ਤੇ ਵੀ ਨਿਰਭਰ ਕਰਦਾ, ਕਿਉਂਕਿ ਅਜੇ 30 ਦਿਨ ਪਏ ਨੇ, ਅਜੇ ਇਹ ਨੀ ਪਤਾ ਵੀ ਸਰਕਾਰ ਕਿਹੜੀ ਬਣਨੀ ਆ। ਹੁਣ ਮੈਂ ਇਹ ਤੇ ਨੀ ਕਹਿ ਸਕਦਾ ਵੀ ਹਾਂ ਵੀ NDP ਦੀ ਬਣੇਗੀ, ਕਿਉਂਕਿ ਉਹ ਆਪਣਾ ਬੰਦਾ ਜਾਂ ਸਾਰੇ ਆਪਣੇ ਬੰਦੇ ਨੇ। ਜਿਹੜੀ NDP ਆ ਉਹ ਇਸ ਸਮੇਂ ਤੀਜੇ ਨੰਬਰ ਤੇ, ਜਿਹੜੇ ਹੁਣ ਤੱਕ ਵੀ ਪੋਲ ਨੇ ਉਹ ਜਿਹੜੇ ਉਹ ਕੰਪੇਅਰ ਟੂ ਜਿਹੜਾ ਲਿਬਰਲ ਆ ਉਹ 35% ਨੇ, 37% ਦੇ ਹਨ PC ਪਾਰਟੀ ਵਾਲੇ। ਸੋ ਲਿਬਰਲ ਜਾਂ PC ਪਾਰਟੀ ਇਹਨਾਂ ਦੋਨਾਂ ਚੋਂ ਇੱਕ ਦੀ ਸਰਕਾਰ ਬਣਨ ਦੀ ਸੰਭਾਵਨਾ ਹੈ, ਪਰ ਰੇਸ ਕਾਫੀ ਟਾਈਟ ਆ। ਜੇਕਰ ਰੇਸ ਦੇ ਵਿੱਚ ਆ ਜਿਹੜਾ ਬਲੈਕ ਫੇਸ ਵਾਲਾ ਇਸ਼ੂ ਆ ਜਾਂ ਨਵੀਂ ਕੰਟਰੋਵਰਸੀ ਆਈ ਆ ਜੀ, ਉਹਦੇ ਵਿੱਚ ਲਿਬਰਲ ਪਾਰਟੀ ਦਾ ਕਿੰਨਾ ਕੁ ਡੈਮੇਜ ਹੁੰਦਾ ਤੇ ਡੈਮੇਜ ਕੰਟਰੋਲ ਕਰਨ ਵਿੱਚ ਕਿੰਨੇ ਕਾਮਯਾਬ ਹੁੰਦੇ ਨੇ, ਜਿਹੜੀ ਜਗਮੀਤ ਸਿੰਘ ਦੀ ਕਾਰਗੁਜ਼ਾਰੀ ਉਹ ਕਿੰਨੀ ਕਾਮਯਾਬ ਹੁੰਦੀ, ਕਿਉਂਕਿ ਜਗਮੀਤ ਸਿੰਘ ਜਿਹੜੀ ਪਿਛਲੀ ਡਿਬੇਟ ਹੋਈ ਸੀ ਮਕਲੇਨ ਸਿਟੀ TV ਵਾਲੀ, ਉਹਦੇ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਸੀ। ਉਸ ਡਿਬੇਟ ਦੇ ਵਿੱਚ 3 ਲੀਡਰਾਂ ਨੇ ਭਾਗ ਲਿਆ ਸੀ, PC ਪਾਰਟੀ ਦੇ ਐਂਡਰੂ ਸ਼ੇਅਰ ਤੇ ਗ੍ਰੀਨ ਪਾਰਟੀ ਦੇ ਅਰਜਵਿਥ ਮੇ, ਤੇ ਜਗਮੀਤ ਸਿੰਘ ਦੀ ਕਾਰਗੁਜ਼ਾਰੀ ਜਿਹੜਾ ਮਕਲੇਨ ਅਤੇ ਸਿਟੀ TV ਦਾ ਪੈਨਲ ਡਿਸਕਸ਼ਨ ਹੋ ਰਹੀ ਸੀ ਉਹਦੇ ਵਿੱਚ ਵੀ ਇਹਨਾਂ ਕਿਹਾ ਕਿ ਬਹੁਤ ਵਧੀਆ ਕਾਰਗੁਜ਼ਾਰੀ ਸੀਗੀ। ਉਸ ਜਿਹੜੇ ਲਿਬਰਲ ਦੇ ਟੁੱਡੋ ਸਾਹਿਬ ਉਹ ਗਾਇਬ ਰਹੇ, ਪਰ ਆਉਣ ਵਾਲੇ ਦਿਨਾਂ ਵਿੱਚ, ਕਿਉਂਕਿ ਜਿਹੜੇ ਜੇਕਰ ਨਵੇਂ ਪੋਲ ਆਉਂਦੇ ਨੇ 2-3 ਦਿਨਾਂ ਵਿੱਚ, ਸ਼ਾਇਦ ਕੋਈ ਮੇਰੇ ਖਿਆਲ 'ਚ ਦੇਖੋ ਵਾਰ ਕਿੱਧਰ ਜਾਂਦੀ, ਕਹਿਣਾ ਬੜਾ ਮੁਸ਼ਕਿਲ ਹੈ ਜੀ। ਜੀ ਬਿਲਕੁਲ, ਸੁਖਦੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਅਤੇ ਇਹ ਜਿਹੜੀ ਸਾਰੀ ਅਪਡੇਟ ਹੈ ਕੈਨੇਡੀਅਨ ਇਲੈਕਸ਼ਨਸ ਬਾਰੇ ਜਾਂ ਕੀ ਸਮਝਦੇ ਹੋ ਤੁਸੀਂ ਇਹਦੇ ਤੋਂ ਸਿੱਖ ਪਰਸਪੈਕਟਿਵ ਤੋਂ ਵੀ, ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਵਿਚਾਰ ਚਰਚਾ ਸੀ, ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਜਿਹੜੇ ਕਿ ਟੋਰੋਂਟੋ ਤੋਂ ਸਾਡੇ ਨਾਲ ਬਣੇ ਹੋਏ ਸੀ, ਕੈਨੇਡਾ ਦੀਆਂ ਜਿਹੜੀਆਂ ਫੈਡਰਲ ਇਲੈਕਸ਼ਨਸ ਹੋਣ ਜਾ ਰਹੀਆਂ ਨੇ, 43ਵੀਂ ਮੈਂਬਰ ਪਾਰਲੀਮੈਂਟ ਦੇ ਲਈ, ਉਸ ਸੰਬੰਧੀ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ। ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੈਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ।
ਜੇ ਚੈੱਕ ਰਾਹੀਂ ਡੋਨੇਸ਼ਨ ਭੇਜਣੀਆਂ ਚਾਹੁੰਦੇ ਹੋ ਤਾਂ ਟੀ ਵੀ 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੋਂਗ ਆਈਲੈਂਡ ਸਿਟੀ ਨਿਊਯਾਰਕ 11101 ਵੈਬਸਾਈਟ ਇੱਕ ਵਾਰ ਫਿਰ ਦੱਸਦਿਆਂ www.tv84.tv ਇਸ ਦੇ ਨਾਲ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ